ਅੰਮੀ ਜਿਹੜੀ ਲੈ ਕੇ ਅੱਜ ਨਵੀਂ ਸ਼ਰਟ ਉੱਤੇ ਵੇਖੋ ਐਚ ਵੀ ਲਿਖਿਆ ਅੱਜ ਮੇਰੇ ਨਾਲ ਆ ਨਵੀਂ ਕੋਡ 0 ਮੀਟਰ ਅੱਜ ਜੇ ਨਾ ਮੈਂ ਨਹਾ ਕੇ ਆ ਪਾਵਾਂਗਾ ਅੰਮੀ ਜੀ ਨਹਾਉਣਾ ਫਿਰ ਰਹਿਣ ਤਾਂ ਪਿਛਲੇ ਸਾਲ ਲਿਖਣਾ ਤਾਂ ਹੁਣ ਨਾ ਮੈਂ 2000 ਰਹੀ ਆ ਗਿਆ ਇਸ ਸਾਲ ਹੀ ਨਾ ਲਈਏ ਆਹੋ ਪਿਛਲੇ ਸਾਲ ਨਹੀਂ ਨਾ ਤਾਂ ਚੰਨਾ ਵਾਲਾ ਫਿਰ ਮੈਂ ਇਸ ਸਾਲ ਨਾ ਲਈਏ ਫਿਰ ਸਭ ਸਾਰਾ ਸਾਲ ਨਾ ਨਾ ਨਹਾਵਾਂਗੇ ਤਾਂ ਕੁਛ ਨਹੀਂ ਹੁੰਦਾ ਛੋਟਾ ਅੰਮੀ ਤੇ ਨਹਾ ਕੇ ਜੇ ਨਾ ਧੁੱਪੇ ਬੈਠਾ ਹੈ ਧੁੱਪ ਚੜੀ ਹੈ ਨਾ ਇਸ ਵਾਸਤੇ ਮੈਂ ਕਿਹਾ ਚਲੋ ਨਹਾ ਕੇ ਗਾੜੀ ਲਈਏ ਕੱਪੜੇ ਚੇਂਜ ਤੇ ਬਣੀਏ ਬੀਬਾ ਬੱਚਾ ਅੱਬੂ ਜਿਹੜੀ ਜੇ ਨਾ ਕੱਟੀ ਦੀਆਂ ਜੂਆਂ ਕੱਢਣ ਦੇ ਜੂਆਂ ਲੱਭਣ ਦੇ ਹੋ ਜੂਆਂ ਨਹੀਂ ਬਖਰਦਾਰ ਚਿੜੀਆਂ ਪੈ ਗਈਆਂ ਨੇ ਜਾ ਲੈ ਲਿਆ ਪੁੜੀਆਂ ਤੇ ਇਹਨੂੰ ਮਾਰੀਏ ਚਿਜੜੀਆਂ ਪੈ ਗਈਆਂ ਇਹਨੂੰ ਆਹਣ ਲੱਗੀਆਂ ਨੇ ਇਹਨੂੰ ਕਿੱਥੇ ਜੇ ਇਹ ਵਿੱਚ ਬੇਬਾਹ ਨੇ ਇਹ ਸਾਰਾ ਭਰੀ ਹੈ ਦਵਾਈ ਲਿਆਈਏ ਫਿਰ ਆਹ ਵੇਖੋ ਦਵਾਈ ਲਿਆ ਜਾ ਕੇ ਤੇ ਇਹਨੂੰ ਮਾਰੀਏ ਅਸਲਾਮ ਵਾਲੇਕੁਮ ਮੈਂ ਜੀ ਹਮਜ਼ਾ ਸਿੱਧੂ ਟਾਈਮ ਤਕਰੀਬਨ ਜੀ ਨਾ 3:03 ਤੇ 3 ਸੈਕਿੰਡ ਹੋਏ ਨੇ ਅਤੇ ਅੱਬੂ ਜਿਹੜੀ ਜੇ ਨਾ ਦਿਨ ਪੇ ਕੱਟੀ ਸਾਡੀ ਨੂੰ ਪੈ ਗਈਆਂ ਚਿਚੜੀਆਂ ਜਿਹੜੀਆਂ ਖੂਨ ਨਹੀਂ ਚੂਸਦੀਆਂ ਤੁਸੀਂ ਵੇਖੀਆਂ ਹੁਣ ਸ਼ਾਇਦ ਜਿਸਮ ਦੇ ਨਾਲ ਚਿੰਬੜ ਜਾਂਦੀਆਂ ਨੇ ਅਤੇ ਖੂਨ ਚੂਸੀ ਜਾਂਦੀਆਂ ਤਾਂ ਖੂਨ ਸਾਰਾ ਪੀਹੜਦੀਆਂ ਨੇ ਅਤੇ ਉਹ ਨਾ ਲਿਆਂਦੀ ਦਵਾਈ ਨਾ ਲਾਈ ਤਾਂ ਫਿਰ ਕੱਟੀ ਦਾ ਸਾਰਾ ਖੂਨ ਪੀਹੜਨਾ ਅਤੇ ਫਿਰ ਕੱਟੀ ਜੇ ਨਾ ਮਰ ਜਾਣੀ ਤੂੰ ਪਹਿਲਾਂ ਕਿ ਬਿਮਾਰ ਹੋਏ ਅੱਲਾ ਨਾ ਕਰੇ ਤਾਂ ਮੈਡੀਸਨ ਜਿਹੜਾ ਲਿਆਈਏ ਜਲਦੀ ਜਲਦੀ ਤੈਨੂੰ ਜਿਹੜਾ ਫਿਰ ਲਾਈਏ ਆਪਣਾ 1 2 5 ਜਿਹਾ ਕੱਢ ਲਿਆਂਦਾ ਮੈਨੂੰ ਲੱਭੇ ਮੇਰੇ ਨੇ ਆ ਮੈਨੂੰ ਦਵੋ ਚੱਲ ਲਾ ਫਲ ਨਹੀਂ ਲੀਲਾ ਫਾਟਾ ਨੋਟ ਆ ਜੇ ਹਮੇ ਵਿਚਾਰਾ ਅੰਮੀ ਨਾਲ ਪੜੈਂਕ ਹੋ ਗਿਆ ਉਹਨੂੰ ਆਹੀ ਕਿ ਸੱਜੀ ਮੁੱਜੀ ਅਸਲੀ ਨੇ ਹੈ ਉਂਝ ਅਸਲੀ ਨੇ ਪਰ ਆਹ ਥੋੜ੍ਹੇ ਕੁ ਪਾਰਟ ਨੇ ਮੇਰੀ ਜੇਬੀ ਜਾਣ ਅਰਮਾਨ ਨੂੰ ਦੇ ਗੱਲ ਨਹੀਂ ਚੀਜ਼ੀ ਦੁਕਾਨ ਲੈ ਆਖਿਆ ਜਾ ਦੁਕਾਨ ਚੀਜ਼ੀ ਲੈ ਗਿਆ ਜਾ ਉਹਨੂੰ ਵੀ ਪਤਾ ਪਾਟੇ ਨੇ ਉਹ ਵੀ ਏਡਾ ਹੁਸ਼ਿਆਰ ਜਦੋਂ ਅਸੀਂ ਏਡੇ ਕੁ ਹੁੰਦੇ ਹਾਂ ਸਾਨੂੰ ਪਤਾ ਵੀ ਨਹੀਂ ਹੁੰਦਾ ਪਿਆ ਇਹਨਾਂ ਦਾ 10 ਰੁਪਏ ਕੀ ਨੇ 5 ਰੁਪਏ ਕੀ ਨੇ ਇਹਨਾਂ ਨੂੰ ਪੂਰੀ ਪਹਿਚਾਣ ਹੁੰਦੀ ਹੈ 100 ਦਾ ਨੋਟ ਕਿਹੜਾ ਕਿ 5 ਠੀ ਪਾ ਗਿਆ 10 ਰੁਪਏ ਵਾਲਾ ਨੋਟ ਕਿਹੜਾ ਪੂਰੀ ਇਹਨਾਂ ਨੂੰ ਹੁੰਦੀ ਹੈ ਨਕਲੀ ਕਿਹੜਾ ਤਾਂ ਅਸਲੀ ਵੀ ਕਿਹੜਾ ਵੀ ਪਤਾ ਹੁੰਦਾ ਨਾ ਤੇ ਇਹੋ ਜਿਹੇ ਬੱਚਿਆਂ ਨੂੰ ਨਕਲੀ ਨੋਟ ਦੇ ਕੇ ਵੀ ਘਾਲ ਨਹੀਂ ਕਿਉਂ ਜਾਂ ਦੁਕਾਨ ਦੇ ਚੀਜ਼ ਲੈ ਕੇ ਆਈ ਜਾਂਦੇ ਹਨ ਚਿਕਾ ਹਮਨਿਆ ਵੀ ਲੇਕ ਉਹ ਪੈਸੇ ਕਿਤੇ ਡੇ ਪਏ ਨੇ ਉਹ ਤੁਹਾਡੇ ਡਿੱਗੇ ਨੇ ਤਾਂ ਮੈਂ ਤੁਹਾਡੇ ਡਿੱਗੇ ਨੇ ਤੁਹਾਡੇ ਡਿੱਗੇ ਨੇ ਕੀ ਸੱਚੀ ਮੁੱਚੀ ਲੱਭ ਗਏ ਨੀ ਰੀਅਲ ਟੱਚ ਦਿੱਤਾ ਹੀ ਹੈ ਬੱਚਿਆਂ ਨਾਲ ਫਰੈਂਕ ਵਾਲੇ ਵੀ ਅੱਗਾ ਲੱਭਿਆ ਜੀ ਪਿੱਛੇ ਬਸ ਗੱਲ ਦੁਕਾਨ ਦੇ ਦਰਬਾਰ ਨਹੀਂ ਆ ਤੀਸਰੇ ਪਿੰਡ ਜੇ ਨਾ ਪਹੁੰਚ ਗਏ ਚਿਚੜੀਆਂ ਦੀ ਮੈਡੀਸਨ ਲੈ ਚਿਚੜੀਆਂ ਦੀ ਮੈਡੀਸਨ ਹੈ ਪਿੱਛੇ ਗਏ ਆ ਜਾ ਤੂੰ ਚਿਚੜੀਆਂ ਦੀ ਦਵਾਈ ਹੈ ਚਿਚੜੀਆਂ ਪੂੜੀਆਂ ਲੈ ਲਈ 75 ਰੁਪਏ ਦੀ ਹੋ ਗਈ ਹੈ ਚਿਚੜੀਆਂ ਦੀ ਦਵਾਈ ਤੇ ਲੈ ਲਈ ਹੁਣ ਚਿਚੜੀਆਂ ਦੀ ਚਿੜੀ ਬਾਂ ਪਾਉਣੀ ਹੈ ਲੱਥਣਗੀਆਂ ਤਰ੍ਹਾਂ ਤੈਨੂੰ ਵੀ ਪਈਆਂ ਚਿਚੜੀਆਂ ਤੇਰੀਆਂ ਵੀ ਲਾਣੀਆਂ ਜਾ ਕੇ ਤੇ ਥੋੜ੍ਹਾ ਅੱਜ ਲੈਣੀਆਂ ਮਰਚਾਂ ਹੁਣ ਮਰਚਾਂ ਵੀ ਲੈਣੀਆਂ ਥੋੜ੍ਹਾ ਅੱਜ ਲੈਣੇ ਸਟੋਰ ਤੋਂ ਕੋਈ ਲੈਣੀ ਕੋਟ ਸ਼ੋਟ ਉਹ ਲੀਲਾ ਵੇਖ ਲਈਏ ਕੋਈ ਸਹੀ ਜਿਹਾ ਇੱਥੇ ਵਾਹਵਾ ਜਿਹਾ ਨਾ ਕੋਟ ਲੱਗੇ ਨੇ ਓਏ ਹੋਏ ਹੋਏ ਮੈਂ ਜਾਣਿਆ ਚੈੱਕ ਕਰ ਲਈਏ ਕੋਈ ਸਹੀ ਜਿਹਾ ਲੱਭਣੇ ਲੱਭਦਾ ਤੇ ਲੀਲਾ ਨੇ ਆਈਆ ਮੈਨੂੰ ਪਤਾ ਤੂੰ ਪਾਉਂਦਾ ਤੇ ਮਾਲ ਆ ਫਲੰਡਾ ਦੇ ਬ੍ਰਾਂਡ ਪਾਉਂਦਾ ਕਮਰਾਨ ਕਿਉਂ ਨਹੀਂ ਆ ਮੈਨੂੰ ਪਤਾ ਪਿੰਡ ਤੂੰ ਆ ਨਰਵਾਲ ਨਹੀਂ ਆ ਲੰਡਾ ਨਹੀਂ ਅੱਛਾ ਜੀ ਤੂੰ ਵੇਖਿਆ ਹੀ ਆ ਲੱਭਾ ਤੇ ਵਾਕੇ ਨਹੀਂ ਨਰਵਾਲ ਜਾਂ ਮਾਲ ਆ ਫਲੰਡਾ ਨਹੀਂ ਤੇ ਫਿਰ ਮੈਂ ਜਾਵਾਂ ਕਿਤੇ ਤੇ ਫਿਰ ਵੇਖ ਕੇ ਆਵਾਂਗਾ ਸੱਚੀ ਮੁੱਚ ਨਹੀਂ ਆ ਨਾ ਚਲੋ ਆ ਬ੍ਰਾਂਡ ਬ੍ਰਾਂਡ ਹੁੰਦੇ ਨੇ ਤੇ ਬ੍ਰਾਂਡ ਦੇ ਕੱਪੜੇ ਹੁੰਦੇ ਨੇ ਅੰਦਰ ਵੀ ਲੱਗੇ ਜੇ ਜੀ ਭਾਈ ਇਹ ਤਾਂ ਬੱਚਿਆਂ ਦੇ ਨੇ ਉਰੇ ਜੇ ਨਿੱਕੇ ਹੁਣ ਨਿੱਕੇ ਹੁੰਦੇ ਵਾਸਤੇ ਲੈ ਲਈਏ ਫਿਰ ਅੱਜ ਅਸੀਂ ਨਿੱਕੇ ਹੋਵਾਂਗੇ ਪਾਲਾਂ ਕਰਾਂਗੇ ਆਪਣੇ ਫਿਊਚਰ ਪਲਾਨ ਕਰ ਲੈਣੇ ਹੁਣੇ ਨਿੱਕੇ ਹੋਵਾਂਗੇ ਆਪਾਂ ਕਰਾਂਗੇ ਥੋੜ੍ਹਾ ਹੀ ਨਹੀਂ ਆਇਆ ਨਹੀਂ ਸਹੀ ਮੈਨੂੰ ਇਹ ਥੋੜ੍ਹਾ ਜਿਹਾ ਸਹੀ ਲੱਗਾ ਸੀ ਵਾਸਤੇ ਤਾਂ ਉੱਤੇ ਮੂੰਹ ਵੀ ਹੋਏ ਨਾ ਆਇਓ ਮੂੰਹ ਵੀ ਹੋਏ ਆਇਓ ਮੂੰਹ ਵੀ ਹੋਏ
ਹੈ ਗੌਣੇ ਤੂੰ ਵਿਚਾਰਾ ਲੜ ਮੂੰਹ ਹੋਏਗਾ ਤੇ ਲੈ ਲਾਂਗੇ ਓਹੋ ਇਹਦੀ ਤੇ ਪੁਸ਼ਲ ਵੀ ਹੈ ਹੁਣ ਨੀ ਲੈਣਾ ਪੁਸ਼ਲ ਨਾ ਹੁੰਦੀ ਫਿਰ ਨੀ ਲੈਣਾ ਚਲੋ ਜੀ ਮੁੰਡੇ ਨੂੰ ਕੋਈ ਨੀ ਪਸੰਦ ਆਇਆ ਚਲੀਏ ਫਿਰ ਓ ਸਾਹਮਣੇ ਫਰੂਟ ਚਾਟ ਵਾਲੀ ਦੁਕਾਨ ਹੈ ਯੂ ਵਾਂਟ ਟੂ ਈਟ ਅਲ ਮਸ਼ਹੂਰ ਸਿਆਲਕੋਟ ਦੀ ਫਰੂਟ ਚਾਟ ਖਾਣੀ ਆ ਨਹੀਂ ਭਾਈ ਨਹੀਂ ਨਹੀਂ ਮੈਂ ਤੈਨੂੰ ਖਵਾਉਣੀ ਹੈ ਤੇ ਪਹਿਲਾਂ ਤਾਂ ਲਾਈ ਤੇ ਕਰਕੇ ਹੀ ਆਏ ਹਾਂ ਅਸੀਂ ਨਹੀਂ ਕੀਤਾ ਅੱਜ ਨਹੀਂ ਕੀਤਾ ਤੇ ਖਾ ਹੀ ਲੈਂਦੇ ਹਾਂ ਫਿਰ ਚੱਲ ਜਾਣ ਦੇ ਅਸਲਾਮ ਅਲੈਕੁਮ ਫਰੂਟ ਚਾਟ ਮਿਲ ਜਾਏਗੀ ਕਿਹੜੀ ਖਾਣੀ ਆ ਭਾਈ ਦਹੀਂ ਭੱਲੇ ਫਰੂਟ ਚਾਟ ਗੋਲ ਗੱਪੇ ਕੀ ਖਾਣਾ ਫਰੂਟ ਚਾਟ ਫਰੂਟ ਚਾਟ ਦੇ ਦੋ ਪਲੇਟਾਂ ਕਿੰਨੇ ਦੀ ਪਲੇਟ ਇੱਕ 100 ਰੁਪਏ ਦੀ ਲਾ ਜਾਓ ਦੋ ਉਹ ਪਿਛਲੇ ਅੰਦਰ ਤੁਰ ਜਾ ਲੇਡੀਜ਼ ਆ ਨਹੀਂ ਉੱਥੇ ਮੈਂ ਹੁਣ ਖਾਂਦੇ ਹਾਂ ਜੀ ਅਸੀਂ ਫਰੂਟ ਚਾਟ ਤੇੜੀ ਮੇੜੀ ਮੇੜੀ ਤੇੜੀ ਫਰੂਟ ਚਾਟ ਲੱਗਣ ਦਈ ਹੈ ਹਾਲੀ ਲੱਗੀ ਹਾਲੀ 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 ਇੱਕ ਮਿੰਟ ਗੂੜ ਤੇ ਲਾਈ ਕਿਹੜੀ ਨੇ ਫਿਰ ਵਾਕਈ ਹੁਣ ਚੱਲ ਵੇਖ ਲਓ ਕਦੋਂ ਗੁਜ਼ਾਰਾ ਜੋ ਵੀ ਹੈ ਬਿਸਮਿਲਲਾਹਿ ਰਹਿਮਾਨ ਰਹਿਮ ਬਿਸਮਿਲਲਾਹਿ ਘਰਦਿਆਂ ਵਾਸਤੇ ਵੀ ਜਿਹੜਾ ਚਾਟ ਅਸੀਂ ਲੈ ਲਈਏ ਤੇ ਚੱਲੀਏ ਵੇਖ ਲਿਆ ਰੁਝਾਨ ਨਾ ਹੁੰਦਾ ਵਾ ਮੈਂ ਚੱਲੀਏ ਹੁਣ ਅਸਲਾਮ ਅਲੈਕੁਮ ਜਵਾਨੋ ਕੀ ਹਾਲ ਫਿਟ ਵਾਰ ਦਾਦਰ ਫਾਦਰ ਮਰ ਜਾਂ ਗਲਿਓ ਭਾਗ ਆਂਡਾ ਬਾਅਦ ਚੋ ਕਰਿਓ ਅਸਲਾਮ ਅਲੈਕੁਮ ਗਾਈ ਦਾ ਕੀ ਹਾਲ ਫਿਟ ਵਾਰ ਕੀ ਹਾਲ ਆ ਠੀਕ ਹੈ ਫਿਟ ਵਾਰ ਮਰ ਜਾਂ ਜੀ ਆਣਾ ਹੋਈਆਂ ਜੀ ਅੱਛਾ ਜੀ ਇਹਨੂੰ ਮਾਰੋ ਦੋ ਸੱਟਾਂ ਜਾਂ ਪੇਂਟ ਜੀ ਆਣਾ ਫਿਰ ਵਾਪਸ ਆ ਗਏ ਆ ਅਬੂ ਜੀ ਹੈਲੋ ਜੀ ਆ ਤੁਹਾਡੇ ਲਈ ਵੀ ਚਾਟ ਲੈ ਕੇ ਆਏ ਜੀ ਦਿਓ ਜੀ ਜਲਦੀ ਜਲਦੀ ਜਿਹਨੂੰ ਲਾ ਦੇਣੀਆਂ ਜੀ ਮਰਚਾਂ ਬਸ ਦਾ ਜਿੱਥੇ ਘਰ ਜਿਹਦੇ ਵਾਸਤੇ ਘੱਲਿਆ ਸੀ ਉਹ ਕਿੱਥੇ ਹੀ ਪੁੜੀਆਂ ਓਏ ਹੋਏ 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 ਅਸੀਂ ਕਲੀਆਂ ਮਰਚਾਂ ਲਿਆ ਕੇ ਆ ਗਈਆਂ ਤੁਹਾਨੂੰ ਪੁੜੀ ਲਿਆ ਤਾਂ ਯਾਦ ਹੀ ਨਹੀਂ ਰਿਹਾ ਅਤੇ ਆਹ ਚਾਟ ਲਿਆਉਂਦੀ ਹੈ ਕਿਹਦੇ ਲਿਆਉਂਦੀ ਹੈ ਚਾਟ ਸਹੀ ਗੱਲ ਹੈ ਤੁਹਾਡੇ ਲਈ ਲਿਆਉਂਦੀ ਅੱਜ ਮੈਂ ਤੁਹਾਡੇ ਲਈ ਵੀ ਲੈ ਆਈਏ ਅੱਛਾ ਹਾਂਜੀ ਅਤੇ ਕਿੱਥੇ ਨੇ ਪੁੜੀਆਂ ਕੁੜੀਆਂ ਤਾਂ ਲਿਆ ਹੀ ਯਾਦ ਹੀ ਨਹੀਂ ਰਿਹਾ ਪਤਾ ਨੀ ਮੇਰੀ ਜੇਬੀ ਚ ਕੀ ਸੀ ਜੇ ਭਾਈ ਇਹੋ ਹੀ ਵੇਖੋ ਕਿੰਨੀਆਂ ਲਿਆਉਣੀਆਂ ਦੋ ਆਉਂਦੀਆਂ ਨੇ ਕੀ ਤਾਂ ਬੜੀ ਲੱਗ ਜਾਂਦੀ ਹੈ ਆਪੇ ਆਉਂਦੇ ਜਾਂਦੇ ਲੈਵਾਂ ਕਿਤੇ ਉੱਥੋਂ ਤੁਹਾਡੀ ਡੀਡੀ ਬਾਬਾ ਹੋਣੀ ਬੜੀ ਕੀ ਹਾਂਜੀ ਖਾਂਦਾ ਰਹੇ ਉਦੋਂ ਬੜਾ ਖੁਸ਼ ਰਹਿੰਦਾ ਉਹ ਮੂੰਹ ਨੂੰ ਬੜਾ ਹੁੰਦਾ ਬੋਲਦਾ ਵੀ ਨੀ ਫਿਰ ਤੂੰ ਕਿਥੋਂ ਲਿਆ ਆਈ ਮੇਰੇ ਕੋਲੋਂ ਮੈਨੂੰ ਵੀ ਦੇ ਮੈਂ ਯਾਰ ਨਹੀਂ ਮੈਂ ਹੁਣ ਪਿਛਾ ਨਸੀ ਜਾਣਾ ਪਿਛਾ ਦਾ ਗੇੜ ਲਾ ਲਿਆ ਹੁਣ ਇਹ ਵਿਆਹ ਕਿਹੜੀ ਚੰਗੀ ਹੈ ਤੂੰ ਦਿੱਤਾ ਨੀ ਤੂੰ ਚਵਲ ਹੈ ਤੁਸੀਂ ਦੋਵੇਂ ਭਰਾ ਚਵਲ ਹੋ ਇਹ ਦੋਵੇਂ ਭੈਣਾਂ ਵੇਖ ਕਿੜੀਆਂ ਵੇਖ ਦਿੰਦੀ ਪਈ ਆ ਵੀ ਹੁਣ ਤੂੰ ਖਾ ਮੈਂ ਤੇ ਨਾ ਯਾਰੀ ਕੈਂਸਲ ਹੈ ਹੁਣ ਕਿਉਂ ਦੇਣ ਡਿਆ ਤੂੰ ਚਵਲ ਬੱਚਾ ਵੇਖਿਆ ਨੀ ਇਸਨੇ ਦੇਖ ਲਈ ਮੈਨੂੰ ਤੇ ਨੂੜ ਨੇ ਵੀ ਵੇਖ ਦਿੰਦੀ ਪਈ ਹੈ ਲੱਡੂ ਹੁਣ ਮੈਂ ਤੇਰੇ ਕੋਲ ਨਹੀਂ ਲੈਣਾ ਐਲਾ ਫਾਰ ਮੈਂ ਹੀ ਲੈਣਾ ਹੁਣ ਮੈਂ ਹੀ ਲੈਣਾ ਐਲਾ ਫਾਰ ਅੰਮੀ ਜੀ ਆ ਵੇਖੋ ਚਾਟ ਲੈ ਗਿਆ ਵਾਜ ਵਾਜ ਕਿੱਥੋਂ ਤੇਲ ਕੱਢਿਆ ਏ ਮੈਂ ਕਿਹਾ ਖਵਾਈ ਦੇਈ ਅੱਜ ਮਿਹਰਬਾਨੀ ਸਾਡੇ ਕੋਲ ਖਾਧੀ ਨਹੀਂ ਜਾਣ ਡਈ ਵਾਜ ਵਾਜ ਮਿੱਠੀ ਚਾਹ ਖਾਓ ਅੱਜ ਫਰੂਟ ਚਾਟ ਹਾਂ
ਆਵੇ ਗਰਮਾ ਵੇ ਹੁਣ ਜਾਣੇ ਦਵਾਲੇ ਹੋਣ ਲੱਗੇ ਆਹੋ ਵੇਖ ਲੈ ਛਾਪਰ ਉਹਨਾਂ ਨੇ ਖਾਣ ਦੇਣੀਆਂ ਨਾ ਅਸੀਂ ਵੀ ਨਹੀਂ ਕਹਿੰਦੇ ਅਮੀ ਅੰਜ ਗਾਣੇ ਹਾਂ ਅਸੀਂ ਤੇ ਨਹੀਂ ਅੰਜ ਨਹੀਂ ਮੇਰੇ ਪੁੱਤਰ ਨਹੀਂ ਹਣ ਅੰਜ ਕਰਦੇ ਵੇਖਣ ਅਸੀਂ ਐਡੇ ਨਹੀਂ ਚਵਲਾ ਮਾਰਦੇ ਕੋਈ ਪ੍ਰਾਹਣਾ ਆਈ ਜਾਂ ਕੋਈ ਚੀਜ਼ ਘਰ ਆਈ ਤੇ ਖਾਣ ਪੈ ਜਾਂਦੇ ਹਾਂ ਜਾ ਕੇ ਆਦਤ ਨਹੀਂ ਸੀ ਫਾਈ ਅੰਜ ਫੜਕੇ ਚੋਲ ਹੁੰਦੇ ਸਾਸੀ ਅੰਜ ਪੁੱਛੋਲ ਛੱਡਦੇ ਮੈਨੂੰ ਤੇ ਨਾ ਲਾਓ ਰਾਦਾ ਜੀ ਨੇ ਡਿਨਰ ਜਿਹਾ ਰੈਡੀ ਹੋ ਜਾਂਦੇ ਅੱਜ ਕੀ ਆਟਾ ਵੀ ਲੈ ਆਓ ਫਿਰ ਆਟਾ ਨਹੀਂ ਲੈ ਕੇ ਆਏ ਆਟਾ ਨਹੀਂ ਮੁਬਾਰਕ ਹੋਏ ਜਵਾਨੋ ਲੈ ਬਾਈ ਖਾ ਜਲੇਬੀ ਬਾਈ ਘਰੋਂ ਰੋਟੀ ਲੱਭੇ ਤੇ ਬਾਹਰੋਂ ਲੱਭ ਜਾਂਦੀ ਹੁੰਦੀ ਆ ਮੈਂ ਜੇ ਨਵਾਂ ਟਰੈਕਟਰ ਲਿਆ ਉਹ ਤੋਂ ਵੇਚ ਆਈ ਅਜੇ ਜੀ ਬਾਈ ਟਰੈਕਟਰ ਚੱਲਦਾ ਚਲਾਉਂਦੇ ਹੀ ਲਿਆ ਹੋਣੇ 240 ਮੈਸੀ ਮੈਸੀ ਤਾਂ ਬਾਈ ਫੁੱਟਬਾਲ ਜਿਹਾ ਖੇਡਦਾ ਉਹੀ ਆ ਮੈਸੀ ਅੱਲਾ ਇਹਨੂੰ ਜਿਹੜਾ ਬਹੁਤੀਆਂ ਬਹੁਤੀਆਂ ਪੈ ਰਹੀਆਂ ਬਣਾ ਨਸੀਬ ਕਰੇ ਅਤੇ ਸਹੀ ਸਹੀ ਬਣਾ ਨਸੀਬ ਕਰੇ ਅਤੇ ਕੱਦ ਕਰਨਾ ਨਸੀਬ ਕਰੇ ਸਾਰਿਆਂ ਦੀਆਂ ਖੇਤਾਂ 'ਚ ਮਜ਼ੇ ਕਰਨਾ ਨਸੀਬ ਕਰੇ ਅਤੇ ਚੱਲੀਏ ਫਿਰ ਹੁਣ ਵੱਜ ਗਿਆ ਕੈਮਰਾ ਸੋਹਣੇ ਮਸ਼ੀਨ 'ਤੇ ਪਹੁੰਚ ਗਿਆ ਅਸਲਾਮ ਵਾਲੇਕੁਮ ਕਿੱਥੇ ਜੀ ਤੋਰਾ ਸਾਡਾ ਆਟੇ ਵਾਲਾ ਦਾਣੇ ਤੇ ਵਜ਼ਨ ਤੋਲਣਾ ਹੀ ਖਾ ਖਾ ਕੇ ਮੋਟਾ ਹੋ ਗਿਆ ਤੋਲ ਕੀ ਵੇਖਣਾ ਕਿਹਦਾ ਬੋਝਾ ਹੁੰਦਾ 60 ਕਿਲੋ ਪੂਰਾ 10 ਕਿਲੋ ਚੱਲ ਬਾਈ ਜਵਾਨਾ ਦੋ ਰਲ ਕੇ ਝੁੱਕ ਲੈਣੇ ਆ ਜਿੱਦਾਂ ਦਾ ਹੁੰਡਾ ਲੈਣਾ ਅੱਜ ਪਹਿਲੀ ਵਾਰੀ ਇੱਥੇ ਆਟਾ ਲੈਣਾ ਆ ਤੇ ਗੰਦਾ ਨਾ ਹੋਏ ਸਿਰ ਤੇ ਰੱਖ ਲੈਣੇ ਆ ਤੂੰ ਸਿਰ ਤੇ ਰੱਖ ਕੇ ਪਿੱਛੇ ਬਾਈ ਪਿੱਛੇ ਬਹਿ ਜਾਣਾ ਤੂੰ ਮੈਂ ਫਿਰ ਆਟਾ ਲਾ ਜਾਣਾ ਤੂੰ ਪੈਦਾ ਲਾਈ ਆ ਮੈਂ ਲੈ ਜਾਣਾ ਤੂੰ ਆਈ ਆ ਨਹੀਂ ਡਰਾਈਵਰ ਮੈਂ ਚਲਾਉਣ ਦਿਆ ਹਣਾ ਗੰਦਿਆ ਮੈਂ ਚਲਾ ਲਈ ਕੱਪੜੇ ਉਂਝ ਗੰਦੇ ਹੋਈ ਆਏ ਨੇ ਹੁਣ ਤੂੰ ਆਖੇਂਗਾ ਰਿਸਕੇ ਤੇ ਲੈ ਜਾਂਦੇ ਆ ਐਡਾ ਮਹਿੰਗਾ ਹੁਣ ਕੱਢ ਲਈ ਲਿਆ ਹੈ ਤੂੰ ਤੇ ਪਾਗਲ ਹੈ ਕੱਪੜੇ ਨਾਲ ਲਿਬੜ ਜਾਣੇ ਕੋਈ ਗੱਲ ਨਹੀਂ ਕੱਪੜੇ ਧੋਪ ਜਾਣਗੇ ਇੰਨਾ ਗੁੱਸਾ ਨਹੀਂ ਨਾਲੇ ਮੈਂ ਖਾਂਦਾ ਬਹਿ ਗਏ ਉਹ ਮੇਰੇ ਖੱਲੀ ਬਹਿ ਗਈ ਆਏ ਇੰਜਣਾ ਘਰ ਹੁਣ ਪਿੱਛੇ ਆਈ ਆ ਵੇ ਲਈ ਆਹੋ ਕਮੈਂਟ ਆਉਂਦੇ ਨੇ ਮੁੰਡਾ ਐਡਾ ਸੋਹਣਾ ਐਡਾ ਬਹਾਦਰ ਐਡਾ ਮਜ਼ਬੂਤ ਪਿੱਛੇ ਘਰਾੜੀ ਫੜ ਕੇ ਮੈਂ ਯਾਰ ਹੁੰਦਾ ਮੈਨੂੰ ਗੰਨਾ ਵੀ ਦਿੰਦਾ ਆਈ ਵੇਖੀ ਕਾ ਯਾਰ ਮਿਹਰਬਾਨੀ ਤੂੰ ਕਿਹੜੇ ਪਹੁੰਚਿਆ ਚੱਲ ਘਰ ਆਈਆ ਅਬੂ ਨਾਲ ਫਿਰ ਆਟਾ ਲੈ ਕੇ ਜੇ ਨਾ ਘਰ ਪਹੁੰਚ ਗਿਆ ਫਿਰ ਘਰ ਬੈਠਿਆ ਬੋਰ ਹੁੰਦੇ ਹਾਂ ਆਟਾ ਊਟਾ ਲਿਆ ਕੇ ਤੇ ਕੋਈ ਕੰਮ ਕਾਰ ਨਹੀਂ ਮੈਂ ਕਿਹਾ ਜਵਾਨ ਨੂੰ ਗਰਾਊਂਡ ਵੱਲ ਲੈ ਕੇ ਚੱਲੀਏ ਨਾਲੇ ਆਪੀ ਵੀ ਵੇਖੀਏ ਖੇਲ ਖੂਲ ਕੇ ਆਈਏ ਖਿਡਾਉਣਗੇ ਸਾਨੂੰ ਤੇ ਫੇਰ ਮਾਜੀ ਵੱਲ ਖੇਲ ਤੇਰਾ ਕੋਟ ਲਾਓ ਉਹ ਜੇ ਵਕੀ ਜਾ ਜਾ
ਬੱਚਿਆਂ ਨੇ ਥੋੜੀ ਦੇਰ ਖੇਡ ਖੂਡ ਕੇ ਹੁਣ ਚੱਲੇ ਹਾਂ ਵੱਡੀ ਗਰਾਊਂਡ ਜਿੱਥੇ ਵੱਡੇ ਖੇਡਦੇ ਨੇ, ਸਾਨੂੰ ਪਤਾ ਸੀ ਉੱਥੇ ਸਾਨੂੰ ਖਿਡਾਉਣਾ ਕੋਈ ਨਹੀਂ, ਅਸੀਂ ਉੱਥੇ ਖੇਡ ਆਏ ਹਾਂ, ਉਹਦੇ ਬਾਅਦ ਜਾ ਕੇ ਵੇਖਦੇ ਹਾਂ ਅਤੇ ਲੁਤਫਾਂਦੋਜ਼ ਹੁੰਦੇ ਹਾਂ। ਅੱਜ ਇੱਥੇ ਵੀ ਛੋਟੇ ਹੀ ਲੱਗੇ ਨੇ, ਵੱਡੇ ਕੋਈ ਨਹੀਂ ਲੱਗੇ ਖੇਡਣ, ਅੱਜ ਤਾਂ ਜੇ ਨਾ ਬੱਚੇ ਵੀ ਖੇਡਣ ਦੇ ਨੇ। ਉਹ ਤੂੰ ਪੜਲੇ ਦੂਜੇ ਮਹੱਲੇ ਆ ਕਿਡਾ ਕੇ ਲਾਉਂਦਾ ਹੁੰਦਾ, ਤੈਨੂੰ ਆਪਣੇ ਮਹੱਲੇ ਕੋਈ ਨਹੀਂ ਖਿਡਾਉਂਦਾ? ਨਹੀਂ, ਆਹ ਕਿੱਡਾ ਵੱਡਾ ਹੋ ਗਿਆ ਅਤੇ ਬੱਚੇ ਤੇ ਛੋਟੇ ਛੋਟੇ ਹੋ ਕੇ ਵੱਡੇ ਵੱਡੇ ਹੋ ਗਏ ਨੇ, ਉੱਡਾ ਹੀ ਫਿਰ ਵੀ ਆਉਣ 'ਚ ਖੇਡਦਾ ਹੁੰਦਾ। ਮੈਂ ਲਾਣੀ ਯਾਰ ਉਹ ਵੇਖੀ ਇਹਦਾ ਯਾਰ, ਇੱਕ ਯਾਰ ਮੈਨੂੰ ਵੀ ਲਾਓ ਯਾਰ, ਰਾਤ ਦਾ ਡਿਨਰ ਆ ਗਿਆ। ਰਾਤ ਦੇ ਡਿਨਰ ਵਿੱਚ ਜੈ ਨਾ ਆਲੂ ਮਟਰ ਗਾਜਰਾਂ ਨਾ ਰੋਟੀਆਂ। ਬਿਸਮਿਲ੍ਲਾਹਿਰ ਰਹਿਮਾਨਿਰ ਰਹੀਮ ਚੋਲ ਦੇ ਕੋਲ ਬਹਿ ਕੇ ਸਾਡਾ ਦਸਤਰਖਾਨ ਜਿਹਾ ਚੋਲ ਦੇ ਕੋਲ ਨਹੀਂ ਹੁੰਦਾ, ਇੱਥੇ ਬਹਿ ਕੇ ਖਾਂਦੇ ਸਾਰੇ ਜਣੇ। ਟਾਈਮ ਤਕਰੀਬਨ ਜਿਹਾ ਨਾ 5:05 ਅਤੇ ਫਿਲਹਾਲ ਜਿਹਾ ਨਾ ਪੂਰੇ ਪਿੰਡ ਦੀ ਲਾਈਟ ਹੈ ਨਹੀਂ, ਚੰਦ ਦੀ ਰੋਸ਼ਨੀ ਹੋਈ ਹੈ, ਬਾਅਦ ਚੱਲਾ ਵਾਹ ਵਾਹੀ, ਅਤੇ ਬਾਹਰ ਨੂੰ ਰੋਟੀ ਰੋਟੀ ਖਾ ਕੇ ਨਿਕਲੇ ਹਾਂ। 6:15 ਲਾਈਟ ਆਉਣੀ ਹੈ ਅਤੇ ਫਿਲਹਾਲ ਫਿਰ ਸੋਨੇ ਘਰ ਜਾ ਕੇ ਹੋਰ ਵੀ ਕਰਨਾ ਲਾਈਟ ਆਏਗੀ, ਅਤੇ ਅੱਜ ਦਾ ਵਲੋਗ ਫਿਰ ਇੱਥੇ ਕਰਨਾ ਬੰਦ, ਇਨਸ਼ਾਅੱਲਾ ਮਿਲਾਂਗੇ ਸੁਬਾਹ ਨਾਲ। ਇੱਥੇ ਲੋਕ ਮੈਨੂੰ ਦੋ ਇਜਾਜ਼ਤ, ਸਾਨੂੰ ਤਾਂ ਲਾਈਕ ਕਰੋ, ਸ਼ੇਅਰ ਕਰੋ, ਕਮੈਂਟ ਵਿੱਚ ਦੱਸੋ ਕੈਸਾ ਲੱਗਾ। ਫਕੀਰ ਰਾਣਾ ਸਦਾ ਕਰ ਚਲੇ, ਮੀਆਂ ਖੁਸ਼ ਰਹੋ, ਹਮ ਦੁਆ ਕਰ ਚਲੇ। ਅੱਲਾ ਹਾਫਿਜ਼, ਬਾਏ ਬਾਏ, ਟਾਏ ਟਾਏ।